रब्बा एक ही कहर कमाया, हो रब्बा एक ही कहर कमाया, तेनू रता तरस ना आया, तेनू रता तरस ना आया, दिल दिया सदरा साड़तिया, रोंदे जट बचारा ओए पक्कियां फसलां मारतियां, रोंदे जट बचारा ओए पक्कियां फसलां मारतियां, ओ तेनू तरस रता ना आया। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਆਏ ਸੀ ਪਟਿਆਲੇ। ਅਸੀਂ ਇੱਥੇ ਬੈਠੇ ਸੀ ਰੂਮ ਦੇ ਵਿੱਚ, ਮੈਂ ਚਲੋ ਅੱਜ ਕੋਈ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰ ਲਈਏ। ਅਤੇ ਸਾਡੇ ਨਾਲ ਆਏ ਜੀ ਗੁਰਭੈਰ ਸਿੰਘ ਜੀ, ਜੋ ਪਿੰਡ ਭਲਾਈਆਂ ਨੇ ਤੋਂ ਨੇ। ਇਹ ਜਿਹੜਾ ਬਾਈ ਆ ਬਈ, ਗੀਤ ਬੜੇ ਸੋਹਣੇ ਲਿਖਦਾ ਗਾ ਅਤੇ ਗਾਉਂਦਾ ਵੀ ਬਹੁਤ ਸੋਹਣਾ। ਅੱਜ ਗੁਰਭੈਰ ਸਰ ਨਾਲ ਆਪਾਂ ਕਰਾਂਗੇ ਗੱਲ ਜੀ, ਅਤੇ ਤੁਸੀਂ ਸੁਣਿਓ ਗੀਤ, ਅਤੇ ਤੁਸੀਂ ਕਮੈਂਟ ਦੇ ਵਿੱਚ ਵੀ ਦੱਸਿਓ ਗੀਤ ਸੁਣ ਕੇ ਕਿ ਕਿੱਦਾਂ ਲੱਗਿਆ ਤੁਹਾਨੂੰ। ਹਾਂਜੀ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ, ਠੀਕ ਹੈ, ਵਧੀਆ ਜੀ। ਕਿਵੇਂ ਆ, ਲੱਗ ਰਿਹਾ ਅੱਜ ਪਟਿਆਲੇ ਆ ਕੇ? ਵਧੀਆ ਲੱਗ ਰਿਹਾ ਜੀ, ਹੈਂ ਲੱਗਦਾ ਤੁਹਾਡਾ ਦਸਵਾਂ ਗੇੜਾ ਲੱਗਦਾ ਮਹੀਨੇ ਦੇ ਵਿੱਚ, ਹੈ ਨਾ ਇਸ 'ਚ? ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਅੱਜ ਇੱਥੇ ਕਿਵੇਂ ਆਏ ਸੀ ਪਟਿਆਲੇ? ਬਸ ਵੈਸੇ ਇੱਥੇ ਆਪਣੇ ਦੋਸਤ ਨੂੰ ਮਿਲਣ ਆਏ ਸੀਗੇ। ਅੱਛਾ, ਘੁੰਮਣ ਫਿਰਨ ਆਏ ਸੀਗੇ? ਹਾਂ ਠੀਕ ਹੈ ਠੀਕ ਹੈ। ਤੁਹਾਡੀਆਂ ਇੱਕ ਸ਼ਾਇਰ ਸਰ, ਤੁਹਾਡੀ ਉਹ ਬੁੱਕ ਵੀ ਆਈ ਆ? ਹਾਂਜੀ, ਕਲਾਮਾ ਬੁੱਕ ਆਈ ਆਪਣੀ। ਠੀਕ ਹੈ ਠੀਕ ਹੈ ਠੀਕ ਹੈ, ਵਧੀਆ ਹੰਗਾਰਾ ਮਿਲਿਆ ਸਾਰਿਆਂ ਦਾ। ਠੀਕ ਹੈ ਠੀਕ ਹੈ। ਉਹ ਸਰ ਮੈਂ ਤੁਹਾਡੀ ਬੁੱਕ ਵੇਖੀ ਸੀ, ਬੜੇ ਸੋਹਣੇ ਉਹਦੇ ਵਿੱਚ ਗੀਤ ਲਿਖੇ ਜੀ, ਅਤੇ ਚਲੋ ਸਾਨੂੰ ਗਾਉਣੇ ਤਾਂ ਨਹੀਂ ਆਉਂਦੇ, ਅਸੀਂ ਪੜ੍ਹ ਸਕਦੇ ਹਾਂ। ਠੀਕ ਹੈ, ਅਤੇ ਉਸ ਬੁੱਕ ਦੇ ਵਿੱਚੋਂ ਕੋਈ ਸਾਨੂੰ ਇੱਕ ਅੱਧਾ ਗੀਤ ਸੁਣਾਓ ਸਰ। ਹਾਂ, ਜਿਵੇਂ ਅੱਜ ਕੱਲ੍ਹ ਦੇਖੋ ਵੀ ਅੱਜ ਕੱਲ੍ਹ ਸਾਰੇ ਨੌਜਵਾਨ ਆ ਜਿਹੜੇ, ਠੀਕ ਹੈ, ਵੀ ਉਹ ਵਿਦੇਸ਼ਾਂ ਵੱਲ ਜਾ ਰਹੇ ਆ, ਅਤੇ ਇੱਕ ਮਾਂ ਹੈ, ਉਹ ਆਪਣੇ ਪੁੱਤ ਨੂੰ ਦੇ ਨਾਲ ਕੋਈ ਗੱਲਬਾਤ ਕਰਦੀ ਹੈ ਵੀ ਤੂੰ ਪ੍ਰਦੇਸ਼ਾਂ ਤੋਂ ਘਰ ਆ ਕੇ ਸਾਡੀ ਵੀ ਸਾਰ ਲੈ, ਠੀਕ ਹੈ, ਵੀ ਤੇਰਾ ਬਾਪ ਆ ਜਿਹੜਾ ਉਹ ਬਜ਼ੁਰਗ ਹੋ ਗਿਆ, ਤੇਰੀ ਭੈਣ ਆ ਜਿਹੜੀ ਵੀ ਉਹ ਵਿਆਹੁਣ ਦੇ ਯੋਗ ਹੋ ਗਈ ਹੈ, ਮੁਟਿਆਰ ਹੋ ਗਈ ਹੈ, ਠੀਕ ਹੈ, ਤੂੰ ਆਪਣੇ ਘਰ ਦੇ ਹਾਲਾਤ ਇੱਕ ਗੀਤ ਰਾਹੀਂ ਦੱਸਦੀ ਹੈ, ਉਹ ਆਪਾਂ ਤੁਹਾਡੇ ਨਜ਼ਰ ਅੰਦਾਜ਼ ਕਰਦੇ ਹਾਂ। ਪਰਦੇਸਾਂ ਵਿੱਚ ਬੈਠਿਆ ਵੇ ਰਾਜ ਦੁਲਾਰਿਆ, ਜਿਗਰ ਦੇ ਟੁਕੜਿਆ ਵੇ ਜਾਣ ਤੋਂ ਪਿਆਰਿਆ, ਹਾਕੇ ਵਤਨਾਂ ਦੀ ਲੈ ਲੈ ਕੋਈ ਸਾ, ਬਾਪੂ ਥੱਕ ਹਾਰ ਗਿਆ, ਬੇਬੇ ਬੁੱਢੀ ਹੋ ਗਈ ਵੇ, ਫੇਰ ਤੇਰੀ ਹੋ ਗਈ ਮਟਿਆ, ਬਾਪੂ ਥੱਕ ਹਾਰ ਗਿਆ, ਬੇਬੇ ਬੁੱਢੀ ਹੋ ਗਈ ਵੇ, ਭੈਣ ਤੇਰੀ ਹੋ ਗਈ ਮਟਿਆ। ਪਰਦੇਸਾਂ ਵਿੱਚ ਬੈਠਿਆ ਵੇ ਰਾਜ ਦੁਲਾਰਿਆ। ਬਿਲਕੁਲ ਸਰ ਜੀ, ਪ੍ਰਦੇਸ਼ਾਂ ਨੇ ਤਾਂ ਜਮਾਂ ਕਹਾਣੀ ਕਰਤਾ ਆਪਣੇ ਪੰਜਾਬ ਦਾ, ਆਪਣੇ ਦੇਸ਼ ਦਾ। ਲਗਭਗ ਸਾਰੇ ਆਈਲੈਟਸ ਕਰਕੇ ਬਾਹਰ ਜਾ ਰਹੇ ਆ, ਅਤੇ ਮਾਵਾਂ ਵਿਚਾਰੀਆਂ ਉਹਨਾਂ ਨੂੰ ਉਡੀਕਦੀਆਂ। ਬਹੁਤ ਸੋਹਣਾ ਗੀਤ ਆ ਤੁਹਾਡਾ ਜੀ ਇਹ, ਅਤੇ ਇਸ ਤੋਂ ਇਲਾਵਾ ਸਰ ਕੋਈ ਹੁਣ ਦੇਖੋ ਰੱਬ ਨੇ ਮੀਂਹ ਪਾਇਆ ਸੀਗਾ, ਅਤੇ ਕਿਸਾਨ ਵੀਰਾਂ ਦੀ ਜਿਹੜੀ ਫਸਲ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ, ਅਤੇ ਉਸ 'ਤੇ ਸਰ ਕੁਛ ਲਿਖਿਆ ਹੈ ਤੁਸੀਂ? ਹਾਂਜੀ ਹਾਂਜੀ, ਉਸ 'ਤੇ ਵੀ ਆਪਾਂ ਕੁਛ ਲਿਖਿਆ ਸੀਗਾ। ਠੀਕ ਆ ਸਰ, ਇੱਕ ਵਾਰੀ ਜ਼ਰੂਰ ਹੈ ਨਾ ਦਰਸ਼ਕਾਂ ਦੇ ਨਜ਼ਰ। ਕਿਸਾਨ ਦੇ ਵਿਚਾਰੇ ਇੱਕ ਪੁੱਤਾਂ ਵਾਂਗੂ ਪਾਲੀ ਹੁੰਦੀ ਹੈ ਫਸਲ, ਬਿਲਕੁਲ ਜੀ, ਠੀਕ ਹੈ, ਉੱਥੇ ਕੋਈ ਗੜੇਮਾਰੀ ਹੋ ਜਾਣੀ ਬਿਲਕੁਲ ਤਾਂ ਬਹੁਤ ਦਰਦਨਾਕ ਘਟਨਾ ਹੁੰਦੀ ਹੈ। ਹਾਂਜੀ ਸਹੀ ਗੱਲ ਸਰ, ਬਿਲਕੁਲ, ਸਾਰੇ ਹੀ ਇਸ ਦਾ ਲੋਸ ਹੈ ਜਿਹੜਾ ਸਾਰਿਆਂ ਨੂੰ, ਮਜ਼ਦੂਰ ਵਰਗ ਨੂੰ ਔਰ ਕਿਸਾਨ ਵਰਗ ਨੂੰ ਤਾਂ ਪਹੁੰਚਣਾ ਹੀ ਪਹੁੰਚਣਾ, ਸਾਰਿਆਂ ਨੂੰ ਪਹੁੰਚਦਾ ਤਕਰੀਬਨ, ਕਿਉਂਕਿ ਸਾਰੇ ਹੀ ਕਿਸਾਨ ਦੇ ਨਾਲ ਜੁੜੇ ਹੁੰਦੇ ਆ। ਬਾਕੀ ਬਿਲਕੁਲ ਜੀ, ਭਗਵੰਤ ਮਾਨ ਜੀ ਵੀ ਹੁਣ ਲਗਭਗ ਪਿੰਡਾਂ ਦੇ ਵਿੱਚ ਜਾ ਕੇ ਇਸ ਚੀਜ਼ ਦਾ ਮੁਆਇਨਾ ਕਰ ਰਹੇ ਆ, ਹੈ ਨਾ? ਚਲੋ, ਅਤੇ ਸਰ ਤੁਸੀਂ ਇਸ ਚੀਜ਼ ਨੂੰ ਜ਼ਰੂਰ ਇੱਕ ਵਾਰ ਸਾਨੂੰ ਸੁਣਾਓ ਜੀ। ਹਾਂ, ਕਿਸਾਨ ਦੇ ਬਾਰੇ ਮੈਂ ਤੁਹਾਨੂੰ ਸੁਣਾ ਰਿਹਾ ਕੁਛ। ਹਾਂਜੀ ਹਾਂਜੀ ਸਰ, ਹਾਂਜੀ ਸਰ, ਸਾਨੂੰ ਜ਼ਰੂਰ ਸੁਣਾਓ। ਹੋ ਰੱਬਾ ਇੱਕ ਹੀ ਕਹਿਰ ਕਮਾਇਆ, ਹੋ ਰੱਬਾ ਇੱਕ ਹੀ ਕਹਿਰ ਕਮਾਇਆ, ਤੈਨੂੰ ਰਤਾ ਤਰਸ ਨਾ ਆਇਆ, ਤੈਨੂੰ ਰਤਾ ਤਰਸ ਨਾ ਆਇਆ, ਦਿਲ ਦੀਆਂ ਸਦਰਾਂ ਸਾੜਤੀਆਂ, ਰੋਂਦੇ ਜੱਟ ਵਿਚਾਰਾ ਓਏ ਪੱਕੀਆਂ ਫਸਲਾਂ ਮਾਰਤੀਆਂ, ਰੋਂਦੇ ਜੱਟ ਵਿਚਾਰਾ ਓਏ ਪੱਕੀਆਂ ਫਸਲਾਂ ਮਾਰਤੀਆਂ, ਓ ਤੈਨੂੰ ਤਰਸ ਰਤਾ ਨਾ ਆਇਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਸੋਹਣਾ ਸਰ ਲਿਖਿਆ, ਤੁਹਾਡੀ ਕਲਮ ਦੇ ਵਿੱਚ ਵਾਕਈ ਦਮ ਆ ਸਰ। ਅਤੇ ਚਲੋ ਦੋਸਤੋ, ਆਪਾਂ ਮਿਲਦੇ ਹਾਂ ਤੁਹਾਨੂੰ ਕੁਛ ਟਾਈਮ ਬਾਅਦ, ਅਤੇ ਤੁਹਾਨੂੰ ਦਿਖਾਉਣੇ ਆ ਅਸੀਂ ਪਟਿਆਲੇ ਦਾ ਹਾਲ ਕੀ ਇੱਥੇ ਚੱਲ ਰਿਹਾ ਹੈਗਾ। ਅਤੇ ਚਲੋ ਉਦੋਂ ਤੱਕ ਲਈ ਸਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਹਾਂਜੀ, ਸ਼ੁਕਰੀਆ ਜੀ।